ਤਕੜੇ ਸਰੀਰ ਤਕੜੇ ਜੁੱਸੇ ਵਾਲੇ ਯਾਨੀ ਕਿ ਬਾਡੀ ਬਿਲਡਰਾਂ ਨੂੰ ਵੇਖ ਕੇ ਅਕਸਰ ਲੋਕਾਂ ਦੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਮਜ਼ਬੂਤ ਹੋਵੇਗੀ ਅਤੇ ਜਿਵੇਂ ਦੇ ਉਹ ਬਾਹਰੋਂ ਨਜ਼ਰ ਆਉਂਦੇ ਨੇ ਉਵੇਂ ਦੇ ਹੀ ਅੰਦਰੋਂ ਹੀ ਹੋਣਗੇ। ਪਰ ਇਹ ਧਾਰਨਾ ਸਹੀ ਨਹੀਂ ਹੁੰਦੀ। ਇਸ ਦੀ ਬਹੁਤ ਦੁਖਦ ਮਿਸਾਲ ਸਾਹਮਣੇ ਆਈ ਹੈ ਯੂਰਪੀ ਦੇਸ਼ ਬੇਲਾਰੂਸ ਤੋਂ, ਜਿੱਥੋਂ ਦੇ ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਦਾ ਮਹਿਜ਼ 36 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਬਾਡੀ ਬਿਲਡਰ ਦਾ ਨਾਂ ਇਲੀਆ ਗੋਲਿਮ ਯਫੀਮਚਿਕ, ਜਿਸ ਨੂੰ ਕਿ ਦੁਨੀਆ ਭਰ ਵਿੱਚ ਉਸ ਦੇ ਸਰੀਰ ਕਰਕੇ ਜਾਣਿਆ ਜਾਂਦਾ ਸੀ ਅਤੇ ਇੰਟਰਨੈੱਟ ਉੱਤੇ ਵੀ ਉਹਨਾਂ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਸੀ। ਪਰ ਇਸ ਪਹਾੜ ਵਰਗੇ ਸਰੀਰ ਵਾਲੇ ਬਾਡੀ ਬਿਲਡਰ ਦੀ ਮਹਿਜ਼ 36 ਸਾਲ ਦੀ ਉਮਰ ਵਿੱਚ ਮੌਤ ਹੋ ਜਾਣ ਦੇ ਘਟਨਾਕ੍ਰਮ ਨੇ ਸਮੁੱਚੀ ਦੁਨੀਆ ਨੂੰ ਹੈਰਾਨ ਕੀਤਾ। ਇਲੀਆ ਗੋਲਿਮ ਯਫੀਮਚਿਕ ਦੀ ਛਾਤੀ 61 ਇੰਚ ਚੌੜੀ ਅਤੇ ਡੌਲੇ 25 ਇੰਚ ਦੇ ਸਨ, ਜਿਨ੍ਹਾਂ ਲਈ ਉਹਨਾਂ ਨੂੰ ਦੁਨੀਆ ਭਰ ਵਿੱਚ ਮਕਬੂਲੀਅਤ ਹਾਸਲ ਹੋਈ ਸੀ। ਆਪਣੇ ਸ਼ਾਨਦਾਰ ਸਰੀਰ ਕਾਰਨ ਉਹਨਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਬਾਡੀ ਬਿਲਡਰ ਦਾ ਖਿਤਾਬ ਮਿਲਿਆ ਹੋਇਆ ਸੀ। ਸੋਸ਼ਲ ਮੀਡੀਆ ਉੱਤੇ ਵੀ ਉਹ ਕਾਫੀ ਸਰਗਰਮ ਰਹਿੰਦੇ ਸਨ ਅਤੇ ਅਕਸਰ ਆਪਣੇ ਕਸਰਤ ਕਰਨ ਦੀਆਂ ਤਸਵੀਰਾਂ ਅਤੇ ਅਭਿਆਸ ਦੇ ਵੀਡੀਓਜ਼ ਉਹ ਲੋਕਾਂ ਦੇ ਨਾਲ ਸਾਂਝੇ ਕਰਦੇ ਸਨ ਅਤੇ ਇਸੇ ਕਰਕੇ ਸੋਸ਼ਲ ਮੀਡੀਆ ਉੱਤੇ ਵੀ ਉਹ ਇੱਕ ਬਹੁਤ ਚਰਚਿਤ ਸ਼ਖਸੀਅਤ ਸਨ, ਜਿਨ੍ਹਾਂ ਨੂੰ ਲੱਖਾਂ ਦੀ ਤਾਦਾਦ ਵਿੱਚ ਲੋਕ ਫੋਲੋ ਕਰਦੇ ਸਨ, ਭਾਵ ਉਹਨਾਂ ਦੇ ਨਾਲ ਜੁੜੇ ਹੋਏ ਸਨ। ਇਲੀਆ ਨੇ ਜਿਸ ਪੱਧਰ ਉੱਤੇ ਆਪਣਾ ਸਰੀਰ ਤਿਆਰ ਕੀਤਾ ਸੀ, ਉਹਨਾਂ ਨੂੰ ਆਪਣਾ ਸਰੀਰ ਅਤੇ ਵਜ਼ਨ ਬਰਕਰਾਰ ਰੱਖਣ ਲਈ ਕਾਫੀ ਵੱਡੀ ਮਾਤਰਾ ਵਿੱਚ ਭੋਜਨ ਵੀ ਲੈਣਾ ਪੈਂਦਾ ਸੀ। 160 ਕਿਲੋ ਭਾਰੇ ਇਲੀਆ ਨੂੰ ਦਿਨ ਵਿੱਚ 7 ਵਾਰ ਖਾਣਾ ਖਾਣ ਦੀ ਜ਼ਰੂਰਤ ਪੈਂਦੀ ਸੀ ਅਤੇ ਇਸ ਸਰੀਰ ਦੀਆਂ ਲੋੜਾਂ ਨੂੰ ਮੁਕੰਮਲ ਕਰਨ ਲਈ 16,500 ਕੈਲੋਰੀ ਦੀ ਖਪਤ ਰੋਜ਼ਾਨਾ ਕਰਨੀ ਪੈਂਦੀ ਸੀ, ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਸੀ। ਛੋਟੀ ਉਮਰ ਤੋਂ ਹੀ ਸਰੀਰਕ ਕਸਰਤ ਕਰਨ ਦੇ ਸ਼ੌਕੀਨ ਬਣੇ ਇਲੀਆ ਨੇ ਆਪਣੀ ਪੜ੍ਹਾਈ ਲਈ ਲਾਗਲੇ ਦੇਸ਼ ਚੈੱਕ ਰਿਪਬਲਿਕ ਦਾ ਰੁੱਖ ਕੀਤਾ, ਪਰ ਇਸ ਪੜ੍ਹਾਈ ਦੇ ਸਮੇਂ ਦੌਰਾਨ ਵੀ ਉਹਨਾਂ ਨੇ ਇਸ ਕਸਰਤ ਦੀ ਪ੍ਰਕਿਰਿਆ ਨੂੰ ਨਾਲੋਂ ਨਾਲ ਜਾਰੀ ਰੱਖਿਆ। ਇਹੀ ਸਮਾਂ ਸੀ ਜਦੋਂ ਉਹਨਾਂ ਦਾ ਸਰੀਰ ਹੌਲੀ ਹੌਲੀ ਵਧਣਾ ਸ਼ੁਰੂ ਹੋਇਆ ਅਤੇ ਇੱਕ ਦਿਨ ਅਜਿਹਾ ਆਇਆ ਜਦੋਂ ਉਹਨਾਂ ਨੂੰ ਇਸੇ ਸਰੀਰ ਕਰਕੇ ਅਤੇ ਬਾਡੀ ਬਿਲਡਿੰਗ ਕਰਕੇ ਦੁਨੀਆ ਭਰ ਵਿੱਚ ਇੱਕ ਵਿਲੱਖਣ ਪਛਾਣ ਮਿਲੀ। ਉਹਨਾਂ ਦੀ ਇਸੇ ਪਛਾਣ ਦਾ ਸਿੱਟਾ ਸੀ ਕਿ ਬੇਲਾਰੂਸ ਅਤੇ ਚੈੱਕ ਰਿਪਬਲਿਕ ਦੇ ਖੇਤਰਾਂ ਵਿੱਚ ਬਾਡੀ ਬਿਲਡਿੰਗ ਨੂੰ ਲੈ ਕੇ ਇੱਕ ਨਵਾਂ ਰੁਝਾਨ ਸ਼ੁਰੂ ਹੋਇਆ ਅਤੇ ਨੌਜਵਾਨ ਪੀੜ੍ਹੀ ਵੀ ਉਹਨਾਂ ਵੱਲ ਵੇਖ ਕੇ ਇਸ ਪਾਸੇ ਜੁੜਨ ਲੱਗੀ। ਜਿਸ ਵੇਲੇ ਇਸ ਬਾਡੀ ਬਿਲਡਰ ਦਾ ਜਾਦੂ ਸਮੁੱਚੀ ਦੁਨੀਆ ਵਿੱਚ ਸਿਰ ਚੜ ਕੇ ਬੋਲ ਰਿਹਾ ਸੀ, ਉਹਨਾਂ ਦਿਨਾਂ ਦੌਰਾਨ ਹੀ ਉਸ ਦਾ ਦੇਹਾਂਤ ਹੋਇਆ। ਬੀਤੇ ਦਿਨੀ 6 ਸਤੰਬਰ ਦੀ ਸਵੇਰ ਨੂੰ ਗੋਲਿਮ ਦੇ ਦਿਲ ਦੀ ਧੜਕਣ ਰੁਕਣ ਲੱਗੀ, ਭਾਵ ਹੌਲੀ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, 2 ਦਿਨ ਇਲਾਜ ਚੱਲਿਆ ਅਤੇ ਫਿਰ ਇਹ ਤਕੜੇ ਸਰੀਰ ਵਾਲਾ ਡਾਕਟਰਾਂ ਦੇ ਦੱਸਣ ਮੁਤਾਬਕ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਅਤੇ ਦਿਲ ਦੀ ਧੜਕਣ ਰੁਕਦੇ ਸਾਰ ਉਸ ਦਾ ਮਿਹਨਤ ਨਾਲ ਅਤੇ ਸਿਰੜ ਨਾਲ ਬਣਾਇਆ ਸਰੀਰ ਵੀ ਨਾਲੋਂ ਨਾਲ ਦੁਨੀਆ ਨੂੰ ਅਲਵਿਦਾ ਆਖ ਗਿਆ। ਇਲੀਆ ਗੋਲਿਮ ਦੇ ਚਲੇ ਜਾਣ ਦੇ ਨਾਲ ਸਮੁੱਚੀ ਦੁਨੀਆ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ
ਦੇ ਅੰਦਰ ਹੈਰਾਨੀ ਅਤੇ ਸੋਗ ਦੀ ਵੀ ਲਹਿਰ ਪਾਈ ਜਾ ਰਹੀ ਹੈ।